एक बड़ा ही सीरीयस मसला है उसके ते मैं मुख्यमंत्री पंजाब नूं चिट्ठी लिखी है 18 अप्रैल नूं खन्ने दे SHO नूं ट्रांसफर किया कि उसने एक अमृतधारी सिख नूं उहदे एक नाबालिग बच्चे नूं जो 15 साल का सी सिर्फ ते नाल उहदा एक जो वर्कर सी दलित सी उहनां नूं तिन्नां नूं थाने दे विच नंगे करके उहनां दी वीडियो बनाई उन्होंने बुरी तरह कुटिया मारिया नंगे ही उन्होंने हवा लाट के बंद करके रखिया। तो ये जो कंप्लेट जगपाल सिंह ने अपने वकील गुरिंदर सिंह बराड़ के राही DGP लिखी कि FIR रजिस्टर करो तो वह इंक्वायरी बार की गई IG लुधियाना। IG लुधियाना ने जो इंक्वायरी की तो वह एक कॉन्स्टेबल ने भी आके बयान दिते कि उन्हें कहा कि मेरे फोन तो यह वीडियो बनाई है तो SHO ने यह वीडियो बनाई है तो SHO ਨੂੰ ਸਿਰਫ ਤੇ ਸਿਰਫ ਟ੍ਰਾਂਸਫਰ ਕੀਤਾ ਗਿਆ ਤੇ ਉਹਦੇ ਅਗੇਂਸਟ ਡਿਸਿਪਲਿਨ ਪ੍ਰੋਸੀਡਿੰਗ ਸ਼ੁਰੂ ਕੀਤੀਆਂ ਗਈਆਂ ਜਦੋਂ ਕਿ ਇਹ ਜਿਹੜੀ ਕੰਪਲੇਂਟ ਜਗਪਾਲ ਸਿੰਘ ਨੇ ਦਿੱਤੀ ਸੀ ਇਹਦੇ ਤੇ ਸਿੱਧੀ ਤੇ ਸਿੱਧੀ FIR ਬਣਦੀ ਹੈ। FIR ਇਹਦੇ ਤੇ ਬਾਕੀ ਤਾਂ ਧਾਰਾਂ ਜਿਹੜੀਆਂ ਬਣਦੀਆਂ ਸ਼ਡਿਊਲ ਕਾਸਟ ਐਕਟਰਾਂ ਹੀ ਬਣਦੀ ਆ ਕਿਉਂਕਿ ਦਲਿਤ ਵਰਕਰ ਨੂੰ ਉਹਨੇ ਬੜਾ ਜੋ ਅਪਸ਼ਬਦ ਲਫ਼ਜ਼ ਯੂਜ਼ ਕੀਤੇ ਉਹਦਾ ਕੀਤਾ ਅੰਮ੍ਰਿਤਧਾਰੀ ਸਿੱਖ ਦੇ ਕਕਾਰਾਂ ਨੂੰ ਵੀ ਉਹਨੇ ਜੋ ਬੇਅਦਬੀ ਕੀਤੀ ਉਹਦਾ ਬਣਦਾ। ਸਭ ਤੋਂ ਵੱਡੇ ਜਿਹੜੀ ਓਫੈਂਸ ਬਣਦੀ ਆ ਉਹ ਪੋਕਸੋ ਐਕਟ ਦੇ ਅੰਡਰ ਬਣਦੀ ਆ ਕਿ ਇੱਕ ਮਾਈਨਰ ਦੇ ਕੱਪੜੇ ਉਤਾਰ ਕੇ ਪੁਲਿਸ ਸਟੇਸ਼ਨ ਦੇ ਵਿੱਚ ਉਹਨੂੰ ਕੁੱਟਿਆ ਮਾਰਿਆ ਅਤੇ ਨਾਲੇ ਉਹਦੀ ਵੀਡੀਓ ਬਣਾਈ। ਪੋਕਸੋ ਐਕਟ ਦੇ ਤਹਿਤ ਇਹ ਪੋਰਨੋਗ੍ਰਾਫੀ ਵੀ ਆ ਅਤੇ ਇਹ ਇੱਕ ਪੁਲਿਸ ਅਫਸਰ ਨੇ ਪੁਲਿਸ ਸਟੇਸ਼ਨ 'ਚ ਕੀਤਾ ਹੈ ਬਹੁਤ ਹੀ ਜ਼ਿਆਦਾ ਸੀਰੀਅਸ ਅਫੈਂਸ ਆ ਅਤੇ ਪੋਕਸੋ ਐਕਟ ਦੇ ਵਿੱਚ ਇਹਦੇ ਸਪੀਡੀ ਟ੍ਰਾਇਲ ਆ ਔਰ ਇਹ ਸਪੈਸ਼ਲ ਕੋਰਟ ਦੇ ਵਿੱਚ ਕਰ ਜਾਂਦਾ ਪਰ ਇਹਨਾਂ ਨੇ FIR ਤੱਕ ਹੀ ਰਜਿਸਟਰ ਨਹੀਂ ਕੀਤੀ। ਉਹ ਕਿਉਂ ਨਹੀਂ ਕੀਤੀ? ਕਿਉਂਕਿ ਸਾਰਾ ਜਿਹੜਾ ਵਾਕਿਆ ਹੋਇਆ ਇਹਦੇ ਵਿੱਚ ਇੱਕ ਕਾਂਗਰਸ ਦਾ ਇੱਥੇ ਲੋਕਲ ਲੀਡਰ ਆ ਉਹ ਕੌਂਸਲਰ ਆ ਉੱਥੋਂ ਦਾ ਕਾਂਗਰਸ ਦਾ ਅਤੇ ਸਾਬਕਾ ਮਿਊਂਸੀਪਲ ਕੌਂਸਲ ਦਾ ਪ੍ਰਧਾਨ ਆ ਉਹਦੇ ਨਾਲ ਜਗਪਾਲ ਸਿੰਘ ਦਾ ਪ੍ਰਾਪਰਟੀ ਡਿਸਪਿਊਟ ਸੀ ਅਤੇ ਉਸ ਵੇਲੇ ਵੀ ਜਦੋਂ ਇਹਨਾਂ ਨੂੰ ਕੁੱਟਿਆ ਮਾਰਿਆ ਨੰਗੇ ਕੀਤਾ ਉਦੋਂ ਵੀ ਉਹ ਥਾਣੇ ਵਿੱਚ ਉਹ ਕਾਂਗਰਸ ਲੀਡਰ ਮੌਜੂਦ ਸੀ ਅਤੇ ਉਹਦੇ ਦਬਾਅ ਦੇ ਹੇਠਾਂ ਆ ਕੇ ਇਹਨਾਂ ਨੇ ਕੀਤਾ। ਹੁਣ ਇਹਦੇ 'ਚ ਕੋਈ FIR ਨਹੀਂ ਰਜਿਸਟਰ ਕੀਤੀ ਗਈ। ਮੈਂ ਮੁੱਖ ਮੰਤਰੀ ਜੀ ਨੂੰ ਚਿੱਠੀ ਲਿਖੀ ਆ ਕਿ 18 ਅਪ੍ਰੈਲ ਨੂੰ ਜਦੋਂ ਇਹ ਇਨਕੁਆਇਰੀ ਤੋਂ ਬਾਅਦ ਇਹ ਜਦੋਂ ਵੀਡੀਓ ਸਹੀ ਪਾਈ ਗਈ ਇਹ ਜੋ ਐਲੀਗੇਸ਼ਨ ਸੀ ਉਹ ਸਹੀ ਪਾਏ ਗਏ ਉਹਨੂੰ ਸਿਰਫ ਟ੍ਰਾਂਸਫਰ ਕੀਤਾ ਅਤੇ FIR ਕਿਉਂ ਨਹੀਂ ਰਜਿਸਟਰ ਕੀਤੀ ਗਈ ਤਾਂ ਮੁੱਖ ਮੰਤਰੀ ਜੀ ਇਹ 'ਚ ਇੱਕ ਇਨਕੁਆਇਰੀ ਬਿਠਾਉਣ ਅਤੇ ਇਹ FIR ਕਿਉਂ ਨਹੀਂ ਰਜਿਸਟਰ ਹੋਈ ਇਹਦੇ ਬਾਰੇ ਇਨਕੁਆਇਰੀ ਕਰਨ ਨਾਲ ਦੀ ਨਾਲ ਇਹ ਜਲਦੀ ਤੋਂ ਜਲਦੀ ਕੇਸ ਰਜਿਸਟਰ ਕਰਕੇ ਜੋ ਮੁਲਜ਼ਮ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਇਹਦੇ ਸਪੀਡੀ ਟ੍ਰਾਇਲ ਹੋਵੇ ਔਰ ਜੋ ਸਪੈਸ਼ਲ ਕੋਰਟ ਤੋਂ ਇਹ ਭੇਜਿਆ ਜਾਵੇ ਅਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਸਜ਼ਾ ਦਵਾਈ ਜਾਵੇ।